ਕੌਡੀ 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 ਵਿੱਚ ਲੱਤ ਟੁੱਟ ਗਈ, ਉਦੋਂ ਜ਼ਿਆਦਾ ਕਮਜ਼ੋਰ ਹੋ ਗਿਆ। ਫਿਰ ਉਸਤਾਦ ਭਾਵੇਂ ਨੇ ਇਹਨੂੰ ਕਾਮਯਾਬ ਕੀਤਾ। ਉਸਤਾਦ ਦਾ ਕਿੰਨਾ ਵੱਡਾ ਰੋਲ ਮੰਨਦੇ ਹੋ? ਕਿਉਂਕਿ ਬਹੁਤ ਜ਼ਿਆਦਾ ਪੁੱਤਾਂ ਤੋਂ ਵੱਧ ਮੈਂ ਕਰਦੀ ਹਾਂ ਉਹਦਾ। ਹੁਣ ਵੀ ਉਹਦੀ ਫੈਮਿਲੀ ਮੇਰੇ ਨਾਲ ਆ, ਉਹਦੀ ਬੇਟੀ ਬਾਹਰ ਕਰਦੀ ਆ, ਹੈਲਪ ਕੀਤੀ ਜਿੱਥੋਂ ਤੱਕ ਸਾਡੇ ਤੋਂ ਹੈਲਪ ਹੋਈ ਅਸੀਂ ਉਹਦੀ ਕੀਤੀ ਬਹੁਤ। ਹੁਣ ਵੀ ਫੈਮਿਲੀ ਵਾਂਗੂ ਅਸੀਂ ਰਹਿੰਦੇ ਘਰ। ਕਦੋਂ ਉਸਤਾਦ ਬਣੇ, ਕਦੋਂ ਤੋਂ ਉਹਨਾਂ ਨੇ ਉਸਤਾਦ ਮੰਨੇ ਉਹਨਾਂ ਨੂੰ? ਉਹ ਸਾਲ ਬਹੁਤ ਹੋ ਗਏ, 10 ਦੇ ਵਿੱਚ ਮਤਲਬ ਅਗਾਂ ਮਿਹਨਤ ਕਰਾਉਣ ਲੱਗ ਗਿਆ ਸੀ। ਹਾਂਜੀ ਇਹਨੂੰ ਹਾਂਜੀ ਹੌਲੀ ਹੌਲੀ ਫਿਰ ਘਰੇ ਹੁਣ ਆਪਦੀ ਫੈਮਿਲੀ ਤੋਂ ਛੱਡ ਕੇ ਇਹਦੇ ਕੋਲ ਰੈਗੂਲਰ ਰੋਜ਼ ਰਹਿਣਾ, ਕੋਲ ਠਾ ਕੇ ਇਹਨੂੰ ਲੈ ਕੇ ਜਾਣਾ। ਹਾਂਜੀ ਬਹੁਤ ਜ਼ਿਆਦਾ ਸਟਰਗਲ ਕੀਤੀ। ਹਾਂਜੀ ਉਹਨੇ ਆਪਣੇ ਬੱਚੇ ਛੱਡ ਕੇ ਸਾਡੇ ਕੋਲ ਰਹਿੰਦਾ ਰਿਹਾ। ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਦੁੱਲੇ ਨੂੰ ਟਰੈਕਟਰ ਮਿਲਿਆ, ਉਹ ਕਹਿੰਦਾ ਕਿ ਜਦ ਤੱਕ ਮੈਂ ਉਦੋਂ ਤੱਕ ਚਾਬੀਆਂ ਨਹੀਂ ਫੜੂੰਗਾ ਜਦ ਤੱਕ ਮੇਰਾ ਉਸਤਾਦ ਨਹੀਂ ਆਉਂਦਾ। ਹਾਂਜੀ ਉਹਨੇ ਫਿਰ ਆਪਣਾ ਕੋਟ ਜੈਕਟ ਉਤਾਰੀ, ਉਤਾਰ ਕੇ ਤੈਨੂੰ ਗਰਾਊਂਡ ਦੇ ਵਿੱਚ ਐਂਟਰ ਕੀਤਾ, ਫਿਰ ਉਹ ਗਿਆ। ਹਾਂਜੀ ਉੱਦਾਂ ਐਂਟਰ ਨਹੀਂ ਉਹਨਾਂ ਨੇ ਹੋਣ ਦਿੱਤਾ ਸੀ, ਫਿਰ ਕਹਿੰਦਾ ਮੇਰੀ ਜੈਕਟ ਪਾ ਉਸਤਾਦ ਅੰਦਰ ਆ। ਹਾਂਜੀ ਅਸੀਂ ਉਹਦੀ ਬਦੌਲਤ ਦੇ ਹਾਂ ਜੀ ਸਾਰਾ ਕੁਛ। ਉਹਨਾਂ ਦੀ ਉਹ ਉਹਨਾਂ ਦੀ ਕਿਸ ਤਰ੍ਹਾਂ ਡੈਥ ਹੋਈ? ਬਸ ਅਟੈਕ ਹੀ ਹੋ ਗਿਆ, ਅਟੈਕ ਹੋ ਗਿਆ। ਹਾਂਜੀ ਉਹਨਾਂ ਨੂੰ ਵਰਲਡ ਕੱਪ ਹੋਇਆ ਤੇ ਵਰਲਡ ਕੱਪ ਜਦੋਂ ਤੁਸੀਂ ਟਰੈਕਟਰ ਜਿੱਤੇ ਉਦੋਂ ਤੁਸੀਂ ਆਪਣੇ ਕੋਚ ਸਾਹਿਬ ਨੂੰ ਬੁਲਾ ਕੇ ਮਤਲਬ ਪੰਮਾ ਗਾਂਧਰਾ ਜੀ ਨੂੰ ਬੁਲਾ ਕੇ ਉਹਨਾਂ ਨੂੰ ਉਹ ਚਾਬੀ ਜਿਹੜੀ ਸੀ ਫੜਾਈ, ਇਸ ਚੀਜ਼ ਬਾਰੇ ਕੋਚ ਸਾਹਿਬ ਕੀ ਸੋਚਦੇ, ਉਹਨਾਂ ਦੇ ਦਿਮਾਗ 'ਚ ਕੀ ਚੀਜ਼ ਉਹ ਇਸ ਤੁਹਾਨੂੰ ਲੈ ਕੇ ਉਹਨਾਂ ਨੂੰ ਉਹ ਖੁਸ਼ ਸੀ ਵੀ ਕਿ ਤੁਹਾਡੇ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਚੀਜ਼ਾਂ ਸੀ, ਜਾਂ ਕੁਛ ਚੀਜ਼ਾਂ 'ਤੇ ਉਹਨਾਂ ਨੂੰ ਅਜੇ ਇਹ ਵੀ ਲੱਗਦਾ ਸੀ ਦੁੱਲੇ ਨੇ ਮੇਰੇ ਲਈ ਆਹ ਨਹੀਂ ਕੀਤਾ ਜਾਂ ਦੁੱਲੇ ਨੇ ਇਹ ਚੀਜ਼ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼? ਮਤਲਬ ਸਾਨੂੰ ਮਿਲਿਆ ਨੂੰ ਹਲੇ 2-3 ਸਾਲ ਹੀ ਹੋਏ ਸੀ ਹੈ ਨਾ, ਪਰ ਉਸਤਾਦ ਨੂੰ ਇੱਦਾਂ ਨਹੀਂ ਸੀ ਕਿ ਜਾਂ ਮੈਂ ਨਹੀਂ ਕਰਦੇ, ਪਰ ਮੈਨੂੰ ਹਮੇਸ਼ਾ ਮੇਰੇ ਦਿਲ ਦੇ ਵਿੱਚ ਸੀ ਹੈ ਨਾ ਕਿ ਉਹਨਾਂ ਦਾ ਪਿਆਰ ਹੀ ਇੱਦਾਂ ਸੀ, ਉਹਨਾਂ ਨੇ ਤੇ ਹੀ ਇੱਦਾਂ ਦਾ ਕਰਨਾ ਕਿ ਮਤਲਬ ਮੇਰਾ ਯਾਰ ਵੀ ਸੀ, ਮੇਰਾ ਪੇ ਵੀ ਸੀ, ਮੇਰਾ ਦੋਸਤ ਵੀ ਸੀ, ਮੇਰਾ ਬੈਸਟ ਫਰੈਂਡ ਵੀ ਸੀ, ਮਤਲਬ ਸਾਰਾ ਕੁਛ ਸੀ ਮੇਰੇ ਲਈ ਉਹ ਹੈ ਨਾ। ਪਰ ਕਬੱਡੀ ਵਿੱਚ ਇਹ ਹੁੰਦਾ ਜਦੋਂ ਪਲੇਅਰ ਤਕੜਾ ਹੋ ਜਾਂਦਾ ਆਪਣੇ ਉਸਤਾਦਾਂ ਨੂੰ ਵੀ ਛੱਡ ਦਿੰਦੇ ਕਈ, ਚਲੋ ਹੋਰ ਉਸਤਾਦ ਮਿਲ ਗਿਆ, ਨਵਾਂ ਮਿਲ ਗਿਆ, ਚਲੋ ਕਬੱਡੀ ਦੇ ਵਿੱਚ ਚੱਲਦਾ ਰਹਿੰਦੇ ਇੱਦਾਂ ਦੀਆਂ ਗੱਲਾਂ ਬਾਤਾਂ ਹੈ ਨਾ। ਅਤੇ ਪਰ ਮੈਂ ਜਦੋਂ ਵਰਲਡ ਕੱਪ ਦੇ ਵਿੱਚ ਆਇਆ ਉਸਤਾਦ ਇੱਦਾਂ ਪੌੜੀਆਂ 'ਚ ਬੈਠਾ, ਅਤੇ ਮੈਂ ਜਦੋਂ ਦੇਖਿਆ ਨਾ ਸਿਕਿਉਰਟੀ ਬੜੀ ਉੱਥੇ, ਅਤੇ ਉਸਤਾਦ ਨੇ ਮੈਨੂੰ ਹੱਥ ਮਾਰਿਆ ਅਤੇ ਦੁੱਲੇ, ਅਤੇ ਮੈਂ ਜਦੋਂ ਉਸਤਾਦ ਨੂੰ ਦੇਖਿਆ ਅਤੇ ਮੈਂ ਉਸਤਾਦ ਨੂੰ, ਮੈਂ ਕਿਹਾ ਉਸਤਾਦ ਆ ਜਾ ਥੱਲੇ ਅਤੇ ਅੱਜ ਆਪਾਂ ਚੱਲਦੇ ਹਾਂ ਨਾ। ਸਿਕਿਉਰਟੀ ਵਾਲਾ ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ ਜਾ ਸਕਦਾ, ਮੈਂ ਉਸਤਾਦ ਨੂੰ ਆਪਣੀ ਜੈਕਟ ਲਾਈ, ਇੰਡੀਆ ਟੀਮ ਦਾ ਟਰੈਕ ਸੂਟ ਸੀ, ਮੈਂ ਲਾ ਕੇ, ਮੈਂ ਕਿਹਾ ਹੁਣ ਠੀਕ ਆ, ਫਿਰ ਉਸਤਾਦ ਮੇਰੇ ਨਾਲ ਆ ਗਿਆ ਅਤੇ ਉਹ ਜਦੋਂ ਮੈਂ ਰੇਡਾ ਪਾਉਂਦੇ ਮੇਰੇ ਮੂਹਰੇ ਬੈਠਾ ਸੀ, ਜੋ ਉਹਨੇ ਕਬੱਡੀ ਜਿੰਨੀ ਕੁ ਮੈਨੂੰ 3 ਸਾਲਾਂ ਦੇ ਵਿੱਚ ਦੱਸੀ ਆ, ਦਿਖਾਈ ਆ, ਟ੍ਰੇਨਿੰਗ ਕਰਾਈ ਆ, ਉਹਨੇ ਆਪਦੀਆਂ ਅੱਖਾਂ ਮੂਹਰੇ ਮੈਨੂੰ ਦੇਖ ਕੇ ਜਦੋਂ ਮੈਂ ਉਹਨੂੰ ਮੂਹਰੇ ਦੇਖਿਆ ਤਾਂ ਮੇਰਾ ਹੌਸਲਾ ਹੋਰ ਜ਼ਿਆਦਾ ਡਬਲ ਹੋ ਗਿਆ ਕਿ ਮੇਰਾ ਅੱਜ ਉਸਤਾਦ ਮੇਰੇ ਮੂਹਰੇ ਬੈਠਾ ਵਾ। ਅਤੇ ਪਰ ਬਾਬੀ ਦੀ ਕਿਰਪਾ ਦੇ ਨਾਲ, ਉਸਤਾਦ ਦਾ ਆਸ਼ੀਰਵਾਦ ਸੀ ਮੇਰੇ ਨਾਲ ਹੈ ਨਾ, ਕਿ ਉਹਨੇ ਮੈਨੂੰ ਮਿਹਨਤ ਕਰਾਈ ਆ। ਜਦੋਂ ਬੰਦਾ ਆਪਦੇ ਪਲੇਅਰ ਨੂੰ ਦੇਖਦਾ ਮੂਹਰੇ ਬੈਠੇ ਨੂੰ, ਕਿ ਪਲੇਅਰ ਨੂੰ ਵੀ ਹੌਸਲਾ ਮਿਲਦਾ, ਪਰ ਉਸ ਬੰਦੇ ਨੂੰ ਵੀ ਹੌਸਲਾ ਮਿਲਦਾ ਜਿਹਨੇ ਮਿਹਨਤ ਕਰਾਈ ਆ, ਜਿਹਨੇ ਆਪਣਾ ਟਾਈਮ ਕੱਢਿਆ, ਆਪਣਾ ਆਪਣੇ ਨਿਆਣਿਆਂ ਨੂੰ ਛੱਡ ਕੇ, ਫੈਮਿਲੀ ਨੂੰ ਛੱਡ ਕੇ ਇੰਨਾ ਟਾਈਮ ਮੇਰੀ ਗੇਮ ਲਈ, ਮੇਰੀ ਟ੍ਰੇਨਿੰਗ ਲਈ ਇੰਨਾ ਟਾਈਮ ਕੱਢਿਆ ਹੈ ਨਾ। ਅਤੇ ਜਦੋਂ ਮੈਨੂੰ ਪੁੱਛਿਆ ਉਹਨਾਂ ਨੇ ਹਾਂ ਵੀ ਕਿਹਨੂੰ ਟਰੇਡਰ ਦੇ ਬਣਾਉਣਾ, ਮੈਂ ਕਿਹਾ ਮੇਰੇ ਉਸਤਾਦ ਨੇ ਬਹਿਣਾ, ਕਿਉਂਕਿ ਮੇਰੇ ਸ਼ਬਦ ਹੀ ਹੈ ਨਹੀਂ ਸੀ ਕੋਈ, ਕਦੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਕਬੱਡੀ ਦੇ ਵਿੱਚ ਆਹ ਚੀਜ਼ ਕਰੂੰਗਾ, ਮੈਂ ਵਰਲਡ ਕੱਪ ਖੇਡੂੰਗਾ। 2013 ਇੰਗਲੈਂਡ ਜਦੋਂ ਆਏ ਟ੍ਰੇਨਿੰਗ ਕਰਨੀ, ਉਸਤਾਦ ਯਾਰ ਵਰਲਡ ਕੱਪ 'ਚ ਕਿੱਦਾਂ ਜਾਵਾਂਗੇ ਆਪਾਂ ਯਾਰ, ਉੱਥੇ ਐਡੇ ਤਗੜੇ ਤਗੜੇ ਪਲੇਅਰ, ਕੋਈ ਨਾ ਕਹਿੰਦਾ ਜੇ ਉੱਥੇ ਜਾਂਦੇ ਤੈਨੂੰ ਕੀ ਗੱਲ ਆ, ਟ੍ਰੇਨਿੰਗ ਕਰਾਉਣੀ ਸਵੇਰ ਦਾ ਟਾਈਮ, ਕੋਟਲੇ ਸੂਰਜਮਾਲ ਹੈ ਸਾਡੇ ਪਿੰਡਾਂ ਦੇ ਕੋਲ, ਅਤੇ ਅਸੀਂ ਸਾਡਾ ਰੈਗੂਲਰ ਰੂਟੀਨ ਹੋਣੀ, ਅਸੀਂ ਉੱਥੇ ਜਾ ਕੇ ਟ੍ਰੇਨਿੰਗ ਕਰਨੀ, ਗੱਲਾਂ ਗੱਲਾਂ ਬਸ 2-3 ਦਿਨ ਆਪਣੇ ਟਰੈਲਾਂ ਦੇ ਵੈਸੇ ਉਹਨਾਂ ਨੇ ਗੱਲਬਾਤ ਦੱਸਦੇ ਟਰੈਲ ਦਿੱਤੇ, ਅਤੇ ਟਰੈਲਾਂ 'ਚੋਂ ਪਾਸ ਹੋਏ, ਟੀਮ ਸਿਲੈਕਸ਼ਨ ਹੋ ਗਈ ਹੈ ਨਾ। ਅਤੇ ਪਰ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲੀ ਗਏ ਕਿ ਮੇਰੀ ਕੋਈ ਕਦਰ ਕਰਨ ਵਾਲਾ, ਕੋਈ ਕਿ ਮੈਨੂੰ ਰਿਸਪੈਕਟ ਦੇਣ ਵਾਲਾ ਕੋਈ ਬੰਦਾ ਮੈਨੂੰ। ਪਰ ਉਹਨਾਂ ਨੇ ਪਲੇਅਰ ਬਹੁਤ ਤਗੜੇ ਕੀਤੇ ਹੈ ਨਾ, ਇਹ ਨਹੀਂ ਹੈਗਾ ਕਿ, ਪਰ ਉਹਨਾਂ ਨੇ ਮਨ ਦੇ ਵਿੱਚ ਕਦੇ ਇਹ ਚੀਜ਼ ਨਹੀਂ ਰੱਖੀ ਜੇ ਪਲੇਅਰਾਂ ਨੂੰ ਛੱਡ ਵੀ ਗਿਆ ਕਦੇ ਉਹਨਾਂ ਨੇ ਹੱਕ ਵੀ ਨਹੀਂ ਜਿਤਾਇਆ ਕਿ ਜਾ ਵੀ ਭਾਈ ਤੂੰ ਜਾਣਾ ਤੇਰੀ ਮਰਜ਼ੀ ਹੈ ਨਾ। ਪਰ ਜਦੋਂ ਕੋਈ ਕੋਚ, ਕੋਈ ਉਸਤਾਦ, ਕੋਈ ਪਲੇਅਰ ਨੂੰ ਤਿਆਰ ਕਰਦਾ ਹੈ ਨਾ,
ਅਤੇ ਉਹਦੀ ਬਹੁਤ ਵੱਡੀ ਦੇਣ ਹੁੰਦੀ ਹੈ। ਚਲੋ ਪਲੇਅਰ ਨਹੀਂ ਸੋਚਦੇ ਕਿ ਹਾਂ ਵੀ ਕਿ ਮੈਂ ਅੱਜ ਤਕੜਾ ਹੋ ਗਿਆ ਵਾਂ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ, ਹੈ ਨਾ, ਪਰ ਸਾਨੂੰ ਉਸਤਾਦ ਦੀ ਹਮੇਸ਼ਾ ਲੋੜ ਸੀ, ਉਹਦੀ ਰਹਿਣੀ ਆ, ਹੈ ਨਾ। ਚਲੋ ਸਾਡੇ ਵਿੱਚ ਹੈ ਨਹੀਂ ਉਹਦੀਆਂ ਗੱਲਾਂ, ਉਹਦੀਆਂ ਯਾਦਾਂ ਸਾਡੇ ਨਾਲ ਜੁੜੀਆਂ, ਪਰ ਮੈਂ ਪਲੇਅਰਾਂ ਮੋਹਰੇ ਵੀ ਰਿਕੁਐਸਟ ਕਰਦਾ ਕਿ ਉਸਤਾਦ ਚੰਗਾ, ਕੋਚ ਮਾੜਾ, ਪਰ ਕੋਈ ਵੀ ਬੰਦਾ ਜੇ ਆਪਣਾ ਟਾਈਮ ਕੱਢ ਕੇ ਤੁਹਾਨੂੰ ਤਿਆਰ ਕਰਦਾ, ਤੁਹਾਨੂੰ ਤਕੜਾ ਕਰਦਾ, ਹੈ ਨਾ, ਕਦੇ ਵੀ ਸਾਥ ਨਹੀਂ ਛੱਡਣਾ ਚਾਹੀਦਾ ਬੰਦਾ। ਇਹ ਨਹੀਂ ਚੰਗਾ ਮਾੜਾ ਟਾਈਮ ਚੱਲਦਾ ਰਹਿੰਦਾ, ਪਰ ਹਰ ਇੱਕ ਨਾਲ ਖੜੋ। ਬਸ ਇੱਦਾਂ ਦੀਆਂ ਬਹੁਤ ਜ਼ਿਆਦੀਆਂ ਬਰੀਕੀਆਂ ਸੀ ਉਹਨਾਂ ਦੀਆਂ, ਅਤੇ ਮੈਂ ਨਾਲ ਰਿਹਾ ਉਹਨਾਂ ਦੇ ਹਰ ਟਾਈਮ ਗੱਲਾਂ ਬਾਤਾਂ ਕਰਨੀਆਂ, ਕਿ ਪਰ ਇੱਦਾਂ ਦਿਮਾਗ ਦੇ ਵਿੱਚ ਕਦੇ ਇੱਦਾਂ ਨਹੀਂ ਹੁੰਦਾ ਕਿ ਮਾੜੀ ਚੀਜ਼ ਸੋਚਣੀ ਆ, ਅਤੇ ਹਮੇਸ਼ਾ ਮਿਹਨਤ ਬਾਰੇ, ਕਬੱਡੀ ਬਾਰੇ। ਜੇ ਮੈਂ ਗਰਾਊਂਡ ਦੇ ਵਿੱਚ ਵੀ ਹੋਣਾ, ਉਹਨਾਂ ਨੇ ਪਹਿਲਾਂ ਜਜਮੈਂਟ ਕਰਨੀ, ਦੁੱਲਿਆ ਉਹ ਪਲੇਅਰ, ਉਹ ਦਾ ਮਾਰਦਾ ਉਹ ਪਲੇਅਰ, ਕਿ ਮੈਨੂੰ ਔਨਲਾਈਨ ਟਾਈਮ ਤੋਂ ਪਹਿਲਾਂ ਮੈਨੂੰ ਪਤਾ ਲੱਗ ਜਾਂਦਾ ਵੀ ਉਹ ਬੰਦੇ ਨੇ ਦਾ, ਕਿਉਂਕਿ ਉਹਨਾਂ ਨੇ ਸਮਝਾਉਣਾ ਹੀ ਇਸ ਤਰ੍ਹਾਂ, ਅਤੇ ਮੈਨੂੰ ਸਮਝ ਲੱਗ ਟ੍ਰੇਨਿੰਗ ਕਰਨੀ, ਨਾ ਰਹਿਣਾ ਜਦੋਂ ਬਾਹਰੋਂ ਆਉਣਾ 2-3 ਮਹੀਨੇ ਦੇ, ਅਤੇ ਉਹਨਾਂ ਨੇ ਨਾਲ ਹੀ ਸਾਡੇ ਨਾਲ ਰਹਿਣਾ, ਫੈਮਿਲੀ ਵਾਂਗੂ ਇੱਕ ਦੂਜੇ ਨਾਲ, ਫੈਮਿਲੀ ਨੂੰ ਟੇਕ ਕੇਅਰ ਕਰਨਾ, ਮੇਰੀ ਫੈਮਿਲੀ ਨੂੰ, ਉਹਨਾਂ ਨੇ ਆਪਣੀ ਫੈਮਿਲੀ ਨੂੰ, ਕਿ ਬਹੁਤ ਜ਼ਿਆਦਾ ਸਾਨੂੰ ਲੱਗਦਾ ਪਹਿਲਾਂ ਤਾਂ ਨਾਲ ਹੁੰਦੇ ਸੀ, ਹੈ ਨਾ, ਅਤੇ ਪਰ ਉਹਨਾਂ ਦਾ ਕਿ ਮਤਲਬ ਸਾਡੇ ਨਾਲ ਨਹੀਂ, ਸਾਨੂੰ ਹੁਣ ਫੀਲ ਹੁੰਦਾ ਕਿ ਬੰਦੇ ਦੇ ਨਾਲ ਰਹਿਣ ਦੇ ਨਾਲ ਬੰਦੇ ਦਾ ਕਿੰਨਾ ਸਹਾਰਾ, ਬੰਦੇ ਨੂੰ ਕਿੰਨੀ ਸਪੋਰਟ ਹੁੰਦੀ ਆ, ਕਿ ਬੰਦੇ ਦੇ ਕਿੰਨੇ ਫਾਇਦੇ ਹੁੰਦੇ ਆ ਬੰਦੇ ਦੇ ਨਾਲ ਰਹਿਣ ਦੇ ਨਾਲ, ਮਾੜੀਆਂ ਚੀਜ਼ਾਂ ਤੋਂ ਬਚਾਉਣਾ, ਵਧੀਆ ਗੱਲ ਕਰਨੀ, ਘਰੇਲੂ ਗੱਲ ਕਰਨੀ, ਫੈਮਿਲੀ ਦੇ ਵਿੱਚ ਵਿਚਰਨਾ, ਕਿ ਸਾਰਾ ਕੁਝ ਉਹਨਾਂ ਦੀ ਬਦੌਲਤ ਆ। ਜੇ ਮੈਂ ਅੱਜ ਕਬੱਡੀ ਦੇ ਵਿੱਚ ਆ ਉਹਨਾਂ ਦੇ ਕਰਕੇ ਆ, ਜੇ ਉਹ ਮੇਰੇ ਨਾਲ ਨਾ ਮੈਨੂੰ ਸਪੋਰਟ ਕਰਦੇ, ਮੈਨੂੰ ਮਾੜੀਆਂ ਚੀਜ਼ਾਂ ਤੋਂ ਨਾ ਬਚਾਉਂਦੇ, ਤਾਂ ਅੱਜ ਸ਼ਾਇਦ ਮੈਂ ਕਬੱਡੀ ਨਾ ਖੇਡਦਾ ਹੁੰਦਾ, ਹੈ ਨਾ। ਅੱਜ ਜੋ ਵੀ ਆ ਮੈਂ ਉਹਨਾਂ ਦੀ ਬਦੌਲਤ ਆ, ਅਤੇ ਉਹਨਾਂ ਨੇ ਜ਼ਿੰਦਗੀ ਵਿੱਚ 10 ਸਾਲ ਮੈਨੂੰ ਆਪਣੇ ਉਹਨਾਂ ਨੇ ਕਬੱਡੀ ਦੇ ਦਿੱਤੇ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਸਵੇਰ ਨੂੰ ਆਉਣਾ, ਰੂਟੀਨ ਹੁੰਦੀ ਸਾਡੀ, ਸ਼ਾਮ ਨੂੰ ਨਾ ਰਹਿਣਾ। ਕਿ ਹੁਣ ਤਾਂ ਚਲੋ ਕਿ ਮੈਂ 4-5 ਸਾਲ ਹੋਏ ਹਾਂ, ਚਲੋ ਅਮੈਰੀਕਾ ਦੇ ਵਿੱਚ ਰਹਿਣ ਲੱਗ ਗਿਆ, ਪਰ ਫਿਰ ਵੀ ਜਦੋਂ ਅਸੀਂ ਆਉਣਾ ਵਾ, ਸਾਨੂੰ ਇੰਨੀ ਐਕਸਾਈਟਮੈਂਟ ਹੁੰਦੀ ਸੀ ਕਿ ਅਸੀਂ ਉਸਤਾਦ ਕੋਲ ਜਾਣਾ, ਇੱਕ ਦੂਜੇ ਨੂੰ ਅਸੀਂ ਦੇਖਣਾ ਵਾ, ਕਿ ਮਤਲਬ ਦੇਖ ਕੇ ਸਾਨੂੰ ਇੱਦਾਂ ਲੱਗਦਾ ਕਿ ਯਾਰ ਕਿ ਵਾਕਈ ਜਿਹੜੀ ਚੀਜ਼ ਸਾਡੇ ਲਈ ਬਣੀ ਆ, ਕਿ ਉਹ ਸਾਡਾ ਉਸਤਾਦ ਆ, ਕਿ ਉਹਨੇ ਸਾਨੂੰ ਇੰਨੀ ਦੁਨੀਆ ਦਿਖਾਈ ਆ, ਕਬੱਡੀ ਸਾਨੂੰ ਇੰਨੇ ਪਿਆਰ ਕਰਦੇ ਆ, ਕਿ ਜੋ ਵੀ ਉਹ ਪਿਆਰ ਆ ਬਸ ਸਾਡੇ ਉਸਤਾਦ ਦੀ ਬਦੌਲਤ ਆ। ਜੋ ਵੀ ਮੈਂ ਕਬੱਡੀ ਖੇਡਦਾ, ਜੋ ਕਬੱਡੀ ਕਰਦਾ ਪਿਆ ਵਾ ਨਾ, ਉਹ ਸਭ ਕੁਝ ਉਸਤਾਦ ਜੀ ਦੀ ਬਦੌਲਤ ਆ ਭਾਜੀ। ਦੁੱਲੇ ਪਰਮਜੀਤ ਪੰਮਾ ਗਾਂਦਰਾ, ਇਹ ਤੁਹਾਡੇ ਕੋਚ ਜਿਹੜੇ ਨੇ, ਇਹ ਕਦੋਂ ਤੋਂ ਬਣ ਗਏ, ਉਹਨਾਂ ਨੇ ਕਦੋਂ ਤੋਂ ਮਤਲਬ ਤੁਹਾਡੇ ਨਾਲ ਜੁੜੇ ਨੇ, ਅਤੇ ਕਬੱਡੀ ਦੇ ਕਿਹੜੀਆਂ ਚੀਜ਼ਾਂ ਜਿਹਨਾਂ ਨੂੰ ਤੁਸੀਂ ਮੰਨਦੇ ਹੋ ਵੀ ਹਾਂ ਉਹਨਾਂ ਨੇ ਤੁਹਾਨੂੰ ਸਿਖਾਈਆਂ, ਜਾਂ ਉਹਨਾਂ ਦੇ ਕਰਕੇ ਕਬੱਡੀ ਦੇ ਵਿੱਚ ਜਿਹੜੀਆਂ ਚੀਜ਼ਾਂ ਰਹੀਆਂ, ਉਹ ਕਿਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਦੱਸੀਆਂ, ਅਤੇ ਕਦੋਂ ਤੋਂ ਉਹ ਤੁਹਾਡੇ ਨਾਲ ਜੁੜੇ ਹੋਏ ਨੇ? ਮੇਰੇ ਨਾਲ ਭਾਜੀ ਉਹ ਜਦੋਂ ਬੱਗਿਆਂ ਦੇ ਵਿੱਚ ਕੈਂਪ ਲਾਇਆ ਸੀ ਇੱਕ ਵਾਰੀ ਮੰਗੀ ਉਸਤਾਦ ਉਹਨਾਂ ਨੇ, ਉਦੋਂ ਅਸੀਂ ਉੱਥੇ ਉਸਤਾਦ ਜੀ ਕੈਂਪ ਲਾਉਣ ਆਉਂਦੇ ਹੁੰਦੇ, ਪਰ ਉਦੋਂ ਜ਼ਿਆਦਾ ਇੱਕ ਦੂਜੇ ਦੇ ਅਸੀਂ ਕਲੋਜ਼ ਨਹੀਂ ਸੀ, ਪਰ ਜਦੋਂ ਆਏ ਆ ਉੱਥੇ ਟ੍ਰੇਨਿੰਗ ਕਰਾਉਣੇ, ਕੁਛ ਕੁ ਗੱਲਾਂ ਹੋਈਆਂ, ਇੱਕ ਦੋ ਮੁੰਡੇ ਪੈਣ ਦੇ ਉਸਤਾਦ ਜੀ ਨਾਲ ਬਹਿਸ ਕਰਨ ਲੱਗ ਗਏ, ਉਸਤਾਦ ਵੀ ਹਟ ਗਿਆ ਜੀ। ਉਸ ਤੋਂ ਬਾਅਦ ਸਾਡਾ ਰਿਲੇਸ਼ਨ ਇੱਕ ਦੂਜੇ ਨਾਲ ਇੱਦਾਂ ਬਣ ਗਿਆ ਸੀ ਕਿ ਮੇਰੇ ਪਿੰਡ ਦੇ ਥੋੜ੍ਹੇ ਹਾਲਾਤ ਇੱਦਾਂ ਦੇ ਸੀ ਕਿ ਮੈਂ ਪਿੰਡ ਛੱਡ ਕੇ ਆਪਣਾ ਸਰੀਰ ਰਹਿਣ ਲੱਗ ਗਿਆ ਬੱਲੀ ਭਾਜੀ ਉਹਨਾਂ ਕੋਲ, ਅਤੇ ਉੱਥੇ ਆਪਣੀ ਰੂਟੀਨ ਆਪਦੀ ਰੱਖੀ ਆਪਣੀ, ਫਿਰ ਉਸਤਾਦ ਜੀ ਨੇ ਆਉਣਾ ਸਰੀਰ ਪ੍ਰੈਕਟਿਸ ਕਰਾਉਣੀ 2-3 ਸਾਲ ਬਾਅਦ, ਕਿ ਉਹਨਾਂ ਨੇ ਜਦੋਂ ਮੈਨੂੰ ਟ੍ਰੇਨਿੰਗ ਕਰਾਈ ਆ, ਮੈਂ ਜਦੋਂ ਪਹਿਲੇ ਸਾਲ ਇੰਗਲੈਂਡ ਖੇਡਣ ਗਿਆ, ਅਤੇ ਮੈਂ ਤਕਰੀਬਨ 2010 ਦੇ ਵਿੱਚ ਮੈਨੂੰ ਮਿਲਿਆ, ਜਦੋਂ ਵੀ ਉਹ ਮਿਲੇ ਆ, ਕਿ ਮੈਂ ਕਬੱਡੀ ਦੇ ਵਿੱਚ ਇਹ ਨਹੀਂ ਗਿਆ ਕਿ ਮੈਂ ਕੁਛ ਬਣਿਆ ਨਹੀਂ, ਹੈ ਨਾ, ਪਰ ਜੋ ਵੀ ਮੈਂ ਕਬੱਡੀ ਜੇ ਉਹਨਾਂ ਦੀ ਬਦੌਲਤ ਹਾਂ, ਅਤੇ ਪਰ ਬਹੁਤ ਵਧੀਆ ਗੱਲਾਂ ਸਿਖਾਈਆਂ ਉਹਨਾਂ ਨੇ ਅੱਜ ਵੀ ਸਾਡੀਆਂ, ਕਿ ਮਤਲਬ ਉਹਨਾਂ ਦੀਆਂ ਗੱਲਾਂ ਸਾਨੂੰ, ਕਿ ਮਤਲਬ ਦਿਮਾਗ ਦੇ ਵਿੱਚ, ਦਿਲ ਦੇ ਵਿੱਚ, ਕਿ ਸਾਡੇ ਅੱਖਾਂ ਦੇ ਮੂਹਰੇ ਹੀ ਆ, ਪਰ ਅਸੀਂ ਕਦੇ ਭੁੱਲਣਾ ਨਹੀਂ ਉਹਨਾਂ ਨੂੰ, ਕਿ ਉਹ ਗੱਲਾਂ ਅੱਜ ਵੀ ਸਾਨੂੰ, ਕਿ ਉਹ ਮਤਲਬ ਸਾਨੂੰ ਹੌਸਲਾ ਮਿਲਦਾ ਕਿ ਸਾਨੂੰ, ਕਿ ਅਸੀਂ ਟ੍ਰੇਨਿੰਗ ਕਰੀਏ, ਅਸੀਂ ਹੋਰ ਮਾੜੀਆਂ ਚੀਜ਼ਾਂ ਤੋਂ ਬਚੀਏ ਅਸੀਂ, ਹੈ ਨਾ। ਅਤੇ ਬਾਕੀ ਚਲੋ ਉਸਤਾਦ ਜੀ ਦੀ ਮੌਤ ਸੀ, ਚਲੋ ਸਾਨੂੰ ਛੱਡ ਕੇ ਜਾਣਾ ਹੀ ਉਹਨਾਂ ਨੇ, ਪਰ ਕਿ ਬਹੁਤ ਜ਼ਿਆਦੀਆਂ ਬਰੀਕੀਆਂ, ਜੇ ਮੈਂ ਹੁਣ ਲੰਬੀ ਗੱਲ ਹੋ ਜਾਣੀ ਹੈ ਨਾ, ਅਤੇ ਪਰ ਫਿਰ ਵੀ ਟ੍ਰੇਨਿੰਗ ਕਰਨਾ, ਸਵੇਰ ਨੂੰ ਉੱਠਣਾ, ਪ੍ਰੈਕਟਿਸ ਕਰਨੀ, ਖਾਣਾ ਕੀ ਆ, ਕਿ ਮਤਲਬ ਸਾਡੀ ਕੋਈ ਇੱਦਾਂ ਨਹੀਂ ਹੁੰਦਾ ਸੀ ਕਿ ਡਾਇਟ ਹੁੰਦੀ, ਜੋ ਕੁਛ ਆਇਆ ਅਸੀਂ ਖਾ ਲੈਣਾ, ਪਰ ਬਾਕੀ ਉਹ ਉਸਤਾਦ ਦੀ ਟ੍ਰੇਨਿੰਗ ਹੁੰਦੀ ਸੀ ਕਿ ਉਹਨੇ ਕਰਾਉਣੀ ਆ, ਜਿੱਦਾਂ ਮਰਜ਼ੀ ਕਰਾ ਲਵੇ, ਗੱਲਾਂ ਨਾ ਕਰਾ ਲਵੇ, ਹਾਸੇ ਨਾ ਕਰਾ ਲਵੇ, ਹੈ ਨਾ,
ਘੂਰ ਵੀ ਕਰਾ, ਪਰ ਘੂਰਨ ਦਾ ਹੈ ਹੀ ਨਹੀਂ ਕਦੇ, ਗੱਲਾਂ ਗੱਲਾਂ ਸਾਨੂੰ ਮਿਹਨਤ ਕਰਾ ਦੇਣੀ ਉਹਨੇ, ਜੇ ਘਰੇ ਬੈਠੇ ਹੋਣਾ ਵਿਹਲੇ ਬੈਠੇ ਹੋਣ ਕਹਿਣਾ ਇੱਟਾਂ ਕੋਲ ਡਾਂਡੀ ਮਾਰ ਲਓ, ਜੇ ਹੋਰ ਕੁਛ ਨਹੀਂ ਕਰਨਾ ਤਾਂ ਵਿਹਲੇ ਬੈਠੇ ਹਾਂ, ਰਾਤ ਨੂੰ ਲਾ ਜਾਣਾ ਕੀ 12-1 ਵਜੇ ਰਨਿੰਗ ਕਰਨ ਚੱਲ ਜਾਣਾ, ਉੱਠੋ ਜੇ ਨਹੀਂ ਮੈਂ ਤੂੰ ਆਏ ਹਾਂ, ਜੇ ਜੱਫੇ ਲੱਗ ਗਏ ਆ, ਕਿ ਮਤਲਬ ਬਹੁਤ ਇੰਨੀਆਂ ਜ਼ਿਆਦੀਆਂ ਬਰੀਕੀਆਂ ਵਾ ਗਏ ਉਹਨਾਂ ਨੇ, ਕਿ ਅੱਜ ਜੋ ਵੀ ਮੈਂ ਕਬੱਡੀ ਲਈ ਦੇਣ ਉਹ ਮੇਰੇ ਉਸਤਾਦ ਦੀ ਮੈਨੂੰ ਦੇਣ ਆ, ਜੋ ਕੁਛ ਵੀ ਮੈਂ ਕਬੱਡੀ ਹੈਗਾ ਹੈ ਨਾ, ਅਤੇ ਉਹਨਾਂ ਦੀ ਬਦੌਲਤੀ ਆ, ਉਹਨਾਂ ਦੀ ਫੈਮਿਲੀ ਕਰਕੇ ਆ, ਜੋ ਕੁਛ ਵੀ ਅੱਜ ਮੈਂ ਆਪਦੀ ਉਸਤਾਦ ਦੀ ਬਦੌਲਤੀ ਅੱਜ ਮੈਂ ਬੈਠਾ ਤੁਹਾਡੇ ਕੋਲ, ਅਤੇ ਕੋਈ ਕੋਚ ਕੋਈ ਉਸਤਾਦ ਆਪਣੇ ਨਿਆਣੇ ਨੂੰ ਸਵੇਰ ਨੂੰ ਛੱਡ ਕੇ, ਮੈਂ ਤਾਂ ਨਹੀਂ ਕੋਈ ਭਾਅ ਜੀ ਕੋਈ ਬੰਦਾ ਦੇਖਿਆ ਜੇ ਕਬੱਡੀ ਦੇ ਵਿੱਚ ਕੋਈ ਹੈਗਾ ਇੱਦਾਂ ਦਾ ਹੈ ਨਾ, ਅਤੇ ਇੱਕ ਚੀਜ਼ ਹੋਰ ਗੱਲ ਕਰਨੀ ਚਾਹੂੰਗਾ, ਜੋ ਕਾਫ਼ੀ ਵੈਸੇ ਉਹਨੂੰ ਸਮਾਂ ਹੋ ਗਿਆ ਉਸ ਗੱਲ ਨੂੰ, ਤੁਹਾਡੇ ਇੱਕ ਸੱਟ ਲੱਗੀ ਕਾਫ਼ੀ ਜ਼ਿਆਦਾ, ਉਦੋਂ ਕੋਚ ਸਾਹਿਬ ਦਾ ਕੋਈ ਯੋਗਦਾਨ ਇਸ ਚੀਜ਼ ਦੇ ਵਿੱਚ ਰਿਹਾ ਕਿ ਤੁਸੀਂ, ਕਿਉਂਕਿ ਇਸ ਉਹ ਸੱਟ ਕਾਫ਼ੀ ਵੱਡੀ ਸੀ, ਉਹ ਤੋਂ ਉੱਭਰ ਕੇ ਆਉਣਾ ਵੀ ਕਾਫ਼ੀ ਮੁਸ਼ਕਲ ਸੀ, ਉਦੋਂ ਵੀ ਉਹਨਾਂ ਨੇ ਕੋਈ ਮਤਲਬ ਹੈਲਪ ਕੀਤੀ ਤੁਹਾਡੀ ਇਸ ਚੀਜ਼ 'ਚ? ਭਾਅ ਜੀ ਉਹਨਾਂ ਦੀ ਹਮੇਸ਼ਾ ਹੀ ਹੈਲਪ ਰਹੀ ਆ ਆਪਣੇ ਦੇ, ਹਮੇਸ਼ਾ ਉਹਨਾਂ ਦਾ ਹੱਥ ਰਿਹਾ, ਉਦੋਂ ਵੀ ਮੈਂ ਇੱਦਾਂ ਸੀਗੇ ਕਿ ਮੇਰੇ ਸੱਟ ਲੱਗ ਗਈ, ਮੈਨੂੰ ਪਲੇਅਰਾਂ ਨੇ ਪੁੱਛਿਆ ਨਹੀਂ ਹੈ ਨਾ, ਪਰ ਜੇ ਉਸਤਾਦ ਮੇਰਾ ਨਾ ਆਉਂਦਾ ਸ਼ਾਇਦ ਮੈਂ ਅੱਜ ਕਬੱਡੀ 'ਚ ਨਾ ਆਉਂਦਾ, ਮੈਂ ਉਸੇ ਸਾਲ ਹੀ ਕਬੱਡੀ ਛੱਡ ਦੇਣੀ, ਪਰ ਕਿ ਮੇਰੇ ਉਸਤਾਦ ਨੇ ਉਸ ਬੰਦੇ ਨੇ ਮੈਨੂੰ ਕਿ ਉਸ ਚੀਜ਼ ਦੇ ਕਾਬਲ ਬਣਾਇਆ, ਨਹੀਂ ਬਈ ਕਿ ਮਿਹਨਤ ਤੋਂ ਵੱਡੀ ਕੋਈ ਚੀਜ਼ ਨਹੀਂ, ਕਿ ਜੇ ਤੂੰ ਆਪਣੀ ਮਿਹਨਤ ਸੱਚੇ ਦਿਲੋਂ ਮਿਹਨਤ ਕਰਦਾ ਤਾਂ ਉਹ ਤੋਂ ਕੋਈ ਵੱਡੀ ਚੀਜ਼ ਹੈ ਨਹੀਂ ਗੀ, ਉੱਥੇ ਮੈਂ ਰਿਹਾ, ਮੈਨੂੰ ਰੱਖਿਆ, ਜਦੋਂ ਮੇਰੇ ਸੱਟ ਲੱਗ ਗਈ ਘਰੇ 2 ਮਹੀਨੇ ਅਪਸੈਟ ਹੋ ਗਿਆ ਯਾਰ, ਪਲੇਅਰਾਂ ਨੇ ਮੈਨੂੰ ਪੁੱਛਿਆ ਨਹੀਂ, ਇਹ ਕਿ ਅਸੂਲ ਆ ਦੁਨੀਆ ਦਾ, ਜਦੋਂ ਬੰਦਾ ਤਕੜਾ ਵਾ ਉਦੋਂ ਸਾਰੇ ਤੇਰੇ ਨਾਲ ਹੈ, ਜਦੋਂ ਮਾੜਾ ਉਦੋਂ ਤਾਂ ਆਪਣਾ ਹੀ ਕੋਈ ਕੋਈ ਖੜਦਾ ਹੈ ਨਾ, ਪਰ ਉਸਤਾਦ ਨੇ ਇੰਨਾ ਕੁ ਜ਼ਿਆਦਾ ਫੇਰ ਹੌਸਲਾ ਦਿੱਤਾ ਕਿ ਮੈਂ 2-3 ਮਹੀਨੇ ਮੈਂ ਉਸਤਾਦ ਦੇ ਕੋਲ ਰਿਹਾ, ਮੈਂ ਕਿਹਾ ਉਸਤਾਦ ਮੈਂ ਇੱਥੇ ਰਹਿਣਾ, ਕਿ ਮੈਂ ਮੇਰੇ ਕੋਲ ਕੋਈ ਸਾਥ ਹੈ ਨਹੀਂ ਗਾ, ਤੁਸੀਂ ਮੈਨੂੰ ਮੈਂ 2 ਮਹੀਨੇ ਰੈਸਟ ਕੀਤੀ ਆ, 2 ਮਹੀਨੇ ਮੈਂ ਉਸਤਾਦ ਕੋਲ ਰਿਹਾ ਵਾਂ, ਅਤੇ 2014 ਮੇਰੇ ਸੱਟ ਲੱਗੀ ਆ, 15 'ਚ ਫਿਰ ਦੁਬਾਰਾ ਮੈਂ ਕੈਨੇਡਾ ਸੀਜ਼ਨ ਖੇਡਣ ਲਿਆ, ਉਸਤਾਦ ਦੀ ਬਦੌਲਤ, ਕਿ ਜੋ ਮੇਰੇ ਨਾਲ ਹੁੰਦਾ ਮੈਂ ਪ੍ਰਪੇਅਰ ਨਹੀਂ ਹੋਣਾ ਉਸ ਚੀਜ਼ ਲਈ, ਹੈ ਨਾ, ਉਹਨਾਂ ਨੇ ਮੈਨੂੰ ਪ੍ਰਪੇਅਰ ਕੀਤਾ, ਟ੍ਰੇਨਿੰਗ ਕਰਵਾਉਣੀ ਹੌਲੀ ਹੌਲੀ, ਰੂਟੀਨ ਬਾਏ ਰੂਟੀਨ, ਹੈ ਨਾ, ਅਤੇ ਪਰ ਕਦੇ ਉਹਨਾਂ ਨਾਲ ਲਾ ਕੇ ਇਹ ਨਹੀਂ ਲੱਗਦਾ ਕਿ ਬੰਦਾ ਹੌਸਲਾ ਛੱਡ ਜੂਗਾ, ਕਿ ਬੰਦਾ ਯਾਰ ਨਹੀਂ ਯਾਰ ਜੇ ਮੇਰੇ ਸੱਟ ਲੱਗ ਗਈ ਮੈਂ ਤਕੜਾ ਨਹੀਂ ਗਾ, ਮੇਰੀ ਬੋਡੀ ਨਹੀਂ ਲੈਂਗੁਏਜ ਨਹੀਂ ਤਕੜੀ ਹੈਗੀ, ਹੈ ਨਾ, ਉਹਨਾਂ ਦੀਆਂ ਗੱਲਾਂ ਹੀ ਇੰਨੀਆਂ ਹੌਸਲੇ ਵਾਲੀਆਂ ਹੁੰਦੀਆਂ ਕਿ ਬੰਦੇ ਨੂੰ ਕਿ ਮਨ ਦੇ ਵਿੱਚ ਇੱਦਾਂ ਦੀ ਚੀਜ਼ ਪੈਦਾ ਹੁੰਦੀ ਕਿ ਵੀ ਹਾਂ ਵੀ ਯਾਰ ਕਿ ਵਾਕਈ ਉਸ ਚੀਜ਼ ਦੇ ਵਿੱਚ ਕੁਛ ਹੈਗਾ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।